ਲੋਕ ਜਾਣਨਾ ਚਾਹੁੰਦੇ ਨੇ ਕਿ ਜਦੋਂ ਕੋਈ ਐਕਸ਼ਨ ਲਿਆ ਜਾਂਦਾ ਹੈ ਤਾਂ ਜਿਹਦੇ ਉੱਤੇ ਇਲਜ਼ਾਮ ਹੁੰਦੇ ਨੇ ਉਹਨਾਂ ਨੂੰ ਇੱਕ ਵਾਰ ਸੁਣਿਆ ਜਾਂਦਾ, ਤੁਹਾਨੂੰ ਨਹੀਂ ਲੱਗਿਆ ਜ਼ਰੂਰਤ ਇਹੀ ਤੁਹਾਡੇ ਜਿਹੜੇ ਹੁਣ ਪੁਰਾਣੇ ਸਾਥੀ ਮੈਂ ਕਹਿ ਰਿਹਾ ਉਹ ਸਵਾਲ ਚੁੱਕ ਰਹੇ ਨੇ ਕਿ ਘੱਟੋ ਘੱਟ ਇੱਕ ਵਾਰੀ ਕਿਸੇ ਨੂੰ ਨੋਟਿਸ ਤਾਂ ਭੇਜਿਆ ਜਾਂਦਾ ਕਿ ਤੁਸੀਂ ਕੀ ਕਰ ਰਹੇ ਹੋ, ਨਾ ਕਰੋ, ਸਾਡੇ ਨਾਲ ਆ ਕੇ ਗੱਲ ਕਰੋ, ਉਹਨਾਂ ਨੂੰ ਸੁਣਿਆ ਜਾਂਦਾ? ਦੇਖੋ, ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ, ਉਹੀ ਕਰਾਉਂਦਾ ਜੋ ਕੁਛ ਕਰਾਉਂਦਾ। ਇੰਨੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ 'ਚ ਗੁਰੂ ਨੇ ਲਾ ਕੇ ਰੱਖਿਆ, ਸੰਗਤ ਨੇ ਲਾ ਕੇ ਰੱਖਿਆ। ਮੈਂ ਤਾਂ ਕਦੇ ਨਹੀਂ ਚਾਹੁੰਦਾ, ਕਦੇ ਕਿਸੇ ਦੇ ਖਿਲਾਫ਼ ਬਿਆਨ ਨਹੀਂ ਦਿੱਤਾ, ਕਦੇ ਕਿਸੇ ਨਾਲ ਲੜਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਦੇ ਕਿਸੇ ਅਹੁਦੇ ਪਿੱਛੇ ਲੜਾਈ ਕੀਤੀ। ਹਾਲਾਂਕਿ ਮੈਨੂੰ ਪਤਾ ਸੀਨੀਅਰ ਮੈਂ ਬਹੁਤ ਸੀ ਸਾਰੀਆਂ ਗੱਲਾਂ 'ਚ, ਕਿਸੇ ਨੇ ਵਜ਼ੀਰੀਆਂ ਲਈਆਂ, ਕਿਸੇ ਨੇ ਕੁਛ ਲਿਆ, ਮੈਂ ਤਾਂ ਕਿਸੇ ਗੱਲ 'ਚ ਕਦੇ ਦਖਲ ਨਹੀਂ, ਕਦੇ ਕੋਈ ਰੁੱਸਿਆ ਨਹੀਂ, ਸਾਫ ਦੇਖਿਆ ਹੋਣਾ ਮੈਨੂੰ। ਜੀ ਬਿਲਕੁਲ। ਅਤੇ ਅੱਜ ਵੀ ਮੈਨੂੰ ਤਾਂ ਦੁੱਖ ਹੈ ਕਿ ਜੇ ਪਾਰਟੀ 'ਚੋਂ ਕੁਛ ਹੋ ਰਿਹਾ, ਲੇਕਿਨ ਮੈਂ ਸਮਝਦਾ ਕਿ ਜਿਹੜੀਆਂ ਗੱਲਾਂ ਨੇ, ਮੈਂ ਤਾਂ ਅੱਜ ਵੀ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਬੈਠੋ ਪ੍ਰਧਾਨ ਕੋਲ ਬੈਠ ਕੇ, ਜੇ ਕੋਈ ਕਮੀ ਪੇਸ਼ੀ ਹੈ ਤਾਂ ਉਹਨੂੰ ਰਲ ਕੇ ਹੱਲ ਕਰੀਦਾ ਕਿ ਬਾਹਰ ਬਹਿ ਕੇ ਰੌਲਾ ਪਾ ਕੇ ਪ੍ਰਧਾਨ ਨੂੰ ਗਾਲਾਂ ਕੱਢ ਕੇ। ਜੇ ਕੋਈ ਜੇ ਕਮੀਆਂ ਪੇਸ਼ੀਆਂ ਤਾਂ ਅਸੀਂ ਸਾਰੇ ਇਕੱਠੇ ਸੀ ਉਹਨਾਂ 'ਚ, ਸਭ ਕੋਲ ਅਹੁਦੇ ਸੀ, ਜਿੰਨੇ ਬੰਦੇ ਬੋਲਦੇ ਨੇ ਸਾਰਿਆਂ ਕੋਲ ਅਹੁਦੇ ਸੀ। ਇਸ ਕਰਕੇ ਸਾਰਿਆਂ ਨੂੰ ਸੋਚਣਾ ਚਾਹੀਦਾ ਸੀ ਕਿ ਤਾਂ ਫਿਰ ਜ਼ਿੰਮੇਵਾਰੀ ਤਾਂ ਸਾਡੀ ਸਾਰਿਆਂ ਦੀ ਹੈ, ਇੱਕ ਬੰਦੇ ਨਾਲ ਤਾਂ ਪਾਰਟੀ ਹੁੰਦੀ ਹੈ ਨਾ। ਜੇ ਕਹੇ ਵੀ ਇੱਕ ਬੰਦਾ ਕਹੇ ਮੈਂ ਆਪਦੇ ਨਾਲ ਚੰਗੀ ਕਰ ਲਈ, ਤਾਂ ਉਹ ਕਹੇ ਦੇਖੋ ਮੈਂ ਤਾਂ ਚੰਗੀ ਕੀਤੀ, ਮਾੜੀ ਇਹਨੇ ਕੀਤੀ, ਤਾਂ ਸਾਰਿਆਂ ਹਾਲਾਤ ਸਾਰੇ ਕੁਝ ਕੇ ਹੋਏ। ਜਿਸ ਦਿਨ ਲਾਸਟ ਮੀਟਿੰਗ ਹੋਈ ਹੈ, ਸਾਰੇ ਕਹਿੰਦੇ ਸੀ ਬੱਲੇ ਬੱਲੇ ਪ੍ਰਧਾਨ ਜੀ ਨੇ ਬੜੀ ਮੀਟਿੰਗ ਮਿਹਨਤ ਕੀਤੀ ਹੈ, ਬੜਾ ਭਾਰ ਆਇਆ ਸੀ, ਲੇਕਿਨ ਹਾਲਾਤ ਬਦਲ ਗਏ ਕਿ ਦੇਸ਼ ਦੇ ਵਿੱਚ ਹੋਰ ਇਸ਼ੂ ਬਣ ਗਿਆ, ਆਪਣਾ ਇਸ਼ੂ ਸਾਈਡ 'ਤੇ ਰਹਿ ਗਿਆ। ਤਾਂ ਇਸ ਕਰਕੇ ਕੋਈ ਗੁਰੂ ਕਿਰਪਾ ਕਰੇਗਾ, ਲੇਕਿਨ ਪਤਾ ਹੀ ਨਹੀਂ ਕਦੋਂ ਨਾਰਾਜ਼ ਹੋ ਕੇ ਵੱਖਰੇ ਧੜੇ, ਵੱਖਰੀਆਂ ਗੱਲਾਂ, ਵੱਖਰੀਆਂ ਜਿਹੜੇ ਮਸਲੇ ਚੱਲ ਪਏ। ਹਾਲਾਂਕਿ ਜਿਸ ਵੇਲੇ ਘਟਨਾ ਹੋਈ ਹੈ, ਮੇਰੇ ਕੋਲ ਉਦੋਂ ਕੋਈ ਵੀ ਅਹੁਦਾ ਨਹੀਂ ਸੀ, ਇਹ ਜਿਹੜਾ 15 ਹੈ, ਨਾ ਉਦੋਂ ਮੈਂ MLA ਸੀ, ਨਾ ਮੈਂ MP ਸੀ, ਨਾ ਮੈਂ ਵਜ਼ੀਰ ਸੀ, ਨਾ ਮੈਂ ਚੇਅਰਮੈਨ ਸੀ, ਨਾ ਮੈਂ ਐਡਵਾਈਜ਼ਰ ਸੀ। ਜਿਹੜੀਆਂ ਡੇਟਾਂ 'ਚ ਕਹਾਣੀਆਂ ਹੋਈਆਂ ਨੇ ਜੀ, ਕਿਉਂਕਿ ਇਹ 15 ਚੋਂ ਹੈ, ਮੈਂ 16 'ਚ MP ਬਣਿਆ ਦੁਆਰਾ ਬਿਜਲੀ ਆ ਕੇ, ਪਹਿਲਾਂ ਬਣ ਗਿਆ ਸੀ, ਰਿਜ਼ਾਈਨ ਦੇ ਕੇ MLA ਬਣ ਗਿਆ, MLA ਬਣ ਕੇ ਫਿਰ ਉਹ ਜਿਹੜਾ ਹੈਗਾ 7 ਚੋਣ ਆਈ, 10 ਕੁਛ ਇਸ ਤਰ੍ਹਾਂ ਜੇ ਹੋ ਕੇ ਹੋਇਆ। ਬਿਜਲੀ 3 ਸਾਲ ਮੇਰੇ ਕੋਲ ਕੋ ਇਸ ਵੇਲੇ ਮੇਰੇ ਕੋਲ ਕੋਹਦਾ ਨਹੀਂ ਸੀ ਜੀ, ਅਤੇ ਲੇਕਿਨ ਮੈਂ ਫਿਰ ਵੀ ਸਾਡਾ ਯਤਨ ਸੀ ਕਿ ਪਾਰਟੀ ਦਾ ਜੋ ਹੁੰਦਾ ਆਪਾਂ ਰਲ ਕੇ ਕਰੀਏ, ਸਾਰਾ ਕਰੀਏ। ਅਤੇ ਸੋ ਮੈਂ ਤਾਂ ਅੱਜ ਵੀ ਕਹਿਣਾ ਕੋਈ ਕਿਸੇ ਦਾ ਕੋਈ ਦੁਸ਼ਮਣੀ ਥੋੜ੍ਹਾ, ਸਾਰੇ ਸਾਡੇ ਸਾਥੀ ਨੇ ਪੁਰਾਣੇ, ਲੇਕਿਨ ਘੱਟੋ ਘੱਟ ਪਾਰਟੀ ਦੇ ਉਲਟ ਬੋਲਣਾ, ਪ੍ਰਧਾਨ ਦੇ ਉਲਟ ਬੋਲਣਾ, ਅੰਦਰ ਬਹਿ ਕੇ ਆਪਾਂ ਕੁਛ ਕਰ ਲਈਏ। ਸੋ ਮੈਂ ਤਾਂ ਅੱਜ ਦੀ ਰਾਏ ਦਿੰਦਾ ਕੋਈ ਮੈਂ ਕਿਸੇ ਗੱਲ ਤੋਂ ਮਨਾਉਣ ਨੂੰ, ਜੇ ਮੇਰੇ ਆਖੇ ਮੰਨ ਜਾਣਗੇ ਮੈਂ ਤੜਕੇ ਸਾਰਿਆਂ ਦੇ ਘਰੇ ਆ ਜਾਣਾ ਭਾਈ ਜੋੜੇ ਲਾ ਕੇ। ਤੁਸੀਂ ਚੇਅਰਮੈਨ ਅਨੁਸ਼ਾਸਨੀ ਕਮੇਟੀ ਦੇ ਸੀ, ਤੁਸੀਂ ਇੱਕ ਕਿਸੇ ਨੂੰ ਨੋਟਿਸ ਹੀ ਭੇਜ ਦਿੰਦੇ ਕਿ ਆਓ ਸਾਡੇ ਕੋਲ ਅਕਾਲੀ ਦਲ ਦੇ ਦਫ਼ਤਰ ਮਿਲੋ ਚੰਡੀਗੜ੍ਹ, ਤਾਂ ਤੁਸੀਂ ਉਹ ਵੀ ਨਹੀਂ ਕਰੋ। ਜੇ ਸਾਰੇ ਪੰਜਾਬ 'ਚੋਂ ਵਰਕਿੰਗ ਕਮੇਟੀ ਸੱਦੀ, ਕੋਰ ਕਮੇਟੀ ਸੱਦੀ, ਡੈਲੀਗੇਟ ਸੱਦੇ, SCPC ਮੈਂਬਰ, ਜੇ ਸਾਰੇ ਮੇਰੇ ਇਕੱਲੇ ਦੀ ਗੱਲ ਪਈ ਜਾਂਦੇ ਸੀ ਵੀ ਤੂੰ ਇਕੱਲਾ ਨਹੀਂ ਇਹ ਕਰਦਾ, ਤੇ ਮੈਂ ਇਕੱਲਾ ਕਿੰਨਾ ਕੁ ਚੜਦਾ ਸਾਰਿਆਂ ਨਾਲ, ਸਾਰਿਆਂ ਨਾਲ ਕਿੰਨਾ ਕੁ ਚੜ ਜਾਂਦਾ ਪਾਰਟੀ ਦੇ 90% ਬੰਦੇ ਆ, ਤੂੰ ਗਾਲਾਂ ਦਵਾਈ ਸਾਰੀ ਪਾਰਟੀ ਨੂੰ ਇਕੱਲੇ ਦਵਾਈ ਜਾਂਦਾ, ਤੇ ਹਜੇ ਤੂੰ ਕਹਿਣਾ ਨਹੀਂ ਕੋਈ ਨੀ ਅੱਜ ਡੀਕ ਲੋ ਅੱਜ ਡੀਕ ਲੋ। ਸੋ ਮੈਨੂੰ ਪਤਾ ਵੀ ਇਹ ਜਿਹੜਾ ਕੰਮ ਹੈ ਹੁੰਦਾ ਔਖਾ ਹੀ ਹੈ, ਪਾਰਟੀ ਨੂੰ ਸਾਂਭਣਾ ਜਿਹੜਾ ਹੈਗਾ ਚਲਾਉਣਾ ਸੌਖਾ ਕੰਮ ਨੀ। ਇਹ ਵੀ ਜਿਹੜੇ ਮੇਰੇ ਭਰਾ ਦੇ ਨਾ, ਇਹ ਦੇਖ ਲੈਣਗੇ ਕਿੰਨਾ ਕੁ ਲੋਕਾਂ 'ਚ ਰਿਸਪੋਂਸ ਮਿਲੂ, ਇਹ ਕੱਚਿਆਂ ਨੂੰ ਛਿੱਤਰ ਵੱਜਣਗੇ ਸਾਰਿਆਂ ਨੂੰ ਸਾਰਿਆਂ ਨੂੰ। ਬਰਾੜ ਸਾਹਿਬ ਦੇਖੋ, ਮੈਂ ਇੱਕ ਗੱਲ ਕਹਾਂ ਕਿ ਅੰਕਲ ਭੁੰਦੜ ਸਾਹਿਬ ਦਾ ਮੈਂ ਦਰਦ ਹਰੇਕ ਆਵਾਜ਼ ਹਰੇਕ ਗੱਲ 'ਚੋਂ ਝਲਕਦਾ ਦੇਖ ਰਿਹਾ। ਇਹਨਾਂ ਨੇ ਦੱਸਤੀ, ਅਸਲੀਅਤ ਹੀ ਦੱਸਤੀ ਕਿ ਮੇਰੇ ਸਾਰੇ
ਦੁਆਲੇ ਹੋਏ ਹੋਏ ਸੀ ਵੀ ਤੁਸੀਂ ਕਿਉਂ ਸਾਨੂੰ ਗਾਲਾਂ ਦਵਾਉਂਦੇ ਹੋ। ਇਹਦਾ ਮਤਲਬ ਤਾਂ ਪਤਾ ਲੱਗ ਗਿਆ ਵੀ ਜੋ ਹੁਕਮ ਮਿਲਿਆ ਉਹ ਅੰਕਲ ਕੁਦਰਤੀ ਗੱਲ ਹੈ ਕਿ ਪ੍ਰਧਾਨ ਸਾਹਿਬ ਦਾ ਹੁਕਮ ਸੱਚਾ ਹੋਵੇ ਝੂਠਾ ਹੋਵੇ ਉਹ ਕੁਦਰਤੀ ਗੱਲ ਹੈ ਕਿ ਸਾਰੇ ਲਾਗੂ ਕਰੀ ਜਾਂਦੇ ਆ। ਇਹੀ ਬਦਕਿਸਮਤੀ ਹੈ, ਰਸਤਾ ਤਾਂ ਇੱਕੋ ਹੀ ਹੈ। ਮੈਂ ਫਿਰ ਦੁਹਰਾ ਦਿੰਦਾ ਕਿ ਅੰਕਲ ਭੁੰਦੜ ਸਾਹਿਬ ਨੇ ਮੈਨੂੰ ਜਾਂ ਕਿਸੇ ਵੀ ਬੰਦੇ ਨੂੰ ਸਾਨੂੰ ਕੋਈ ਨੋਟਿਸ ਦਿੱਤਾ ਹੋਵੇ ਸਾਨੂੰ ਸੱਦਿਆ ਹੋਵੇ, ਹਾਂ ਅਖਬਾਰਾਂ 'ਚ ਕਹੀ ਜਾਣਾ ਗੱਲ ਕਰ ਲਓ। ਫਿਰ 3 ਮਹੀਨੇ ਹੋ ਗਏ, 13 ਤਰੀਕ ਦੀ ਤਾਂ 13 ਜੂਨ ਦੀ ਤਾਂ ਕੋਰ ਕਮੇਟੀ ਹੈ ਜਿਹੜੇ ਦਿਨ ਮੈਂ ਪਹਿਲੀ ਚਿੱਠੀ ਲਿਖੀ ਹੈ, ਤੇ ਚਿੱਠੀ ਦਾ ਮੈਂ ਵਰਡ ਵਰਡ ਪੜ੍ਹ ਦਿੰਦਾ ਜੇ ਤੁਸੀਂ ਕਹੋ ਕਿਤੇ ਇੱਕ ਥਾਂ ਤੇ ਵੀ ਜੇ ਪਾਰਟੀ ਦੇ ਖਿਲਾਫ਼ ਜਾਂ ਪਾਰਟੀ ਪ੍ਰਧਾਨ ਦੇ ਖਿਲਾਫ਼। ਮੈਂ ਤਾਂ ਪਾਰਟੀ ਪ੍ਰਧਾਨ ਦਾ ਅਸਤੀਫਾ ਤੱਕ ਵੀ ਨਹੀਂ ਮੰਗਿਆ ਜਿਹੜਾ ਕਿ ਸਾਰੀ ਦੁਨੀਆ ਮੰਗੀ ਜਾਂਦੀ ਹੈ ਵੀ ਭਾਈ ਹੁਣ ਨਹੀਂ ਉੱਠ ਸਕਦੀ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ। ਇਸ ਕਰਕੇ ਅੰਕਲ ਭੁੰਦੜ ਸਾਹਿਬ ਦਾ ਸਾਰਾ ਦਰਦ ਮੈਂ ਸਮਝਦਾ ਹਾਂ। ਜੇ ਇਹਨਾਂ ਨੂੰ ਇਹ ਵੀ ਦਿਸ ਰਿਹਾ ਕਿ ਜੇ ਇੱਧਰਲੇ ਆਖੇ ਨਹੀਂ ਲੱਗਦੇ ਤੇ ਇੱਧਰਲੇ ਕਿਹੜਾ ਆਖੇ ਲੱਗਦੇ ਆ, ਅੱਜ ਦਾ ਵੀ ਜਿਹੜਾ ਮੈਂ ਸਮਝਦਾ ਕਿ ਇਹ ਟਾਈਮਿੰਗ ਐਸੀ ਚੁਣੀ ਹੈ ਕਿ ਸ਼ਾਇਦ ਸ੍ਰੀ ਅਕਾਲ ਤਖ਼ਤ ਸਾਹਿਬ ਵਾਲਾ ਜਿਹੜਾ ਮੁੱਦਾ ਵੱਡਾ ਉੱਠਿਆ ਇਹਦੇ ਤੋਂ ਕਿਤੇ ਨਾ ਕਿਤੇ ਕੋਈ ਧਿਆਨ ਭੜਕ ਜੂਗਾ। ਮੇਰੀ ਬੇਨਤੀ ਹੈ ਹਲੇ ਵੀ ਸ਼੍ਰੋਮਣੀ ਅਕਾਲੀ ਦਲ ਚ ਹਰੇਕ ਬੈਠੇ ਲੀਡਰ ਸਾਹਿਬਾਨ ਨੂੰ ਕਿ ਰਸਤਾ ਅਖੀਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਰੂ ਹੋ ਕੇ ਜਾਣਾ। ਕਿਰਪਾ ਕਰਕੇ ਸਾਰੇ ਉੱਥੇ ਜਾ ਕੇ ਆਪਾਂ ਸ਼ਰਨ 'ਚ ਜਾ ਕੇ ਜਿੰਨੀਆਂ ਮੈਂ ਕੀਤੀਆਂ ਜਿੰਨੀਆਂ ਕਿਸੇ ਨੇ ਖੱਬੇ ਕੀਤੀਆਂ ਸੱਜੇ ਕੀਤੀਆਂ, ਮਤਲਬ ਜੇ ਸਰਕਾਰੀ ਅਹੁਦੇ ਨਹੀਂ ਸੀ ਤੇ ਕੋਰ ਕਮੇਟੀ ਦੇ ਅਹੁਦੇ ਤਾਂ ਸੀਗੇ ਹੀ ਜਿੱਥੇ ਬੈਠ ਕੇ ਸਾਰੇ ਫੈਸਲੇ ਹੁੰਦੇ ਸੀ। ਆਪਾਂ ਮਤਲਬ ਸੱਚੇ ਮਨੋਂ ਸਾਰੀਆਂ ਗੱਲਾਂ ਮੰਨ ਕੇ ਤੇ ਅਸਲੀ ਤਾਂ ਉੱਥੇ ਹੀ ਗੱਲ ਬਣਨੀ ਹੋ ਤੇ ਆ 4 ਮਹੀਨਿਆਂ ਨੂੰ ਦੁਬਾਰੇ ਵੀ ਤਾਂ ਭਰਤੀ ਕਰਕੇ ਕੋਈ ਜਿਵੇਂ ਦੁਬਾਰੇ ਬਣ ਸਕਦੇ ਸੀ। ਹਲੇ ਵੀ ਮੌਕਾ ਹੈ ਕਿ ਕੋਈ ਪ੍ਰੈਜ਼ੀਡੀਅਮ ਬਣਾ ਲੈਣ, ਸਾਂਝੀ ਪ੍ਰੈਜ਼ੀਡੀਅਮ ਬਣਾ ਕੇ ਸਾਰੇ ਹੀ ਉਹਦੇ ਥੱਲੇ ਮਤਲਬ ਇਕੱਠੇ ਚੱਲਣ ਲਈ ਵੀ ਮੇਰੇ ਖਿਲਾਫ਼ ਕਿਸੇ ਨੂੰ ਕੋਈ ਆਪੱਤੀ ਨਹੀਂ ਹੋਊਗੀ। ਭੁੰਦੜ ਸਾਹਿਬ ਮੈਂ ਦੋ ਚੀਜ਼ਾਂ ਤੁਹਾਡੇ ਤੋਂ ਸਮਝਣੀਆਂ ਚਾਹੁੰਦਾ। ਇੱਕ ਤਾਂ ਦੇਖੋ ਕਹਿੰਦੇ ਡੀਰੇਲ ਪੂਰਾ ਮਸਲਾ ਜੋ ਅੱਜ ਪ੍ਰਦੀਪ ਕਲੇਰ ਦੇ ਬਿਆਨਾਂ ਤੋਂ ਬਾਅਦ ਖੜਾ ਹੋ ਰੱਖਿਆ, ਪ੍ਰੈਸ ਕਾਨਫਰੰਸ ਤੁਸੀਂ ਵੀ ਕੀਤੀ, ਕਹਿੰਦੇ ਇੱਕ ਤਾਂ ਉਸ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜਾ ਕਿ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸਮਝਿਆ ਜਾਵੇ ਕਿ ਅਕਾਲੀ ਦਲ ਦੀ ਦੇ ਦਰਵਾਜ਼ੇ ਖਿੜਕੀਆਂ ਸਭ ਬੰਦ ਹੋ ਚੁੱਕੀਆਂ ਨੇ ਇਹਨਾਂ ਆਗੂਆਂ ਦੇ ਲਈ। ਦੇਖੋ ਦੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ। ਵੈਸੇ ਅੱਛਾ ਨਹੀਂ ਲੱਗਦਾ, ਇਹ ਬਹੁਤ ਪਾਰਟੀ ਚ ਇਹਨਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਰਹੇ ਨੇ ਕਿ ਇੱਕ ਤਾਂ ਮੈਂ ਦੱਸਾਂ ਕਿ ਪ੍ਰਧਾਨ ਦਾ ਇਸ ਬਿਲਕੁਲ ਕੋਈ ਰੋਲ ਨਹੀਂ। ਮੈਂ ਸਹੀ ਗੱਲ ਕਹਿਣਾ ਕਦੇ ਮੈਂ ਝੂਠ ਨਹੀਂ ਬੋਲਦਾ, ਬਲਕਿ ਪ੍ਰਧਾਨ ਮੇਰੇ ਰਾਹ ਰਿਹਾ ਨਹੀਂ ਸ਼ਾਇਦ ਮੈਂ ਮੈਨੂੰ ਪਹਿਲਾਂ ਕਿਸੇ ਨੇ ਪ੍ਰਧਾਨ ਜਦੋਂ ਮੈਂ ਸੁਣਿਆ ਸੀ ਕਿ ਪ੍ਰਧਾਨ ਜੀ ਕੋਈ ਨਹੀਂ, ਘਰਾਂ 'ਚ ਇਸ ਤਰ੍ਹਾਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਆਪਾਂ ਨੂੰ ਅਪਡੇਟ ਕਰ ਲੈਣਾ ਚਾਹੀਦਾ, ਹੱਲ ਨਿਕਲੇ ਆਉਂਦੇ ਹੁੰਦੇ ਨੇ। ਅੱਜ ਵੀ ਕੋਈ ਪ੍ਰਧਾਨ ਜੀ ਨੇ ਮੈਨੂੰ ਕੋਈ ਗੱਲ ਇੱਥੇ ਕਹੀ ਨਹੀਂ। ਨੰਬਰ 1, ਨੰਬਰ 2 ਪਾਰਟੀ ਹੈ, ਸਮੁੱਚੀ ਪਾਰਟੀ ਹੈ। ਨੰਬਰ 2 ਜਿਹੜਾ ਕਹਿ ਰਹੇ ਇੱਕ ਪ੍ਰਦੀਪ ਉਹਦਾ ਪ੍ਰਦੀਪ ਦਾ ਬਿਆਨ, ਪ੍ਰਦੀਪ ਕਲੇਰ ਦਾ ਬਿਆਨ ਆ ਜਿਹੜਾ ਉਹਦੇ 'ਚ ਰੱਤੀ ਭਰ ਸੱਚਾਈ ਨਹੀਂ। ਉਹ ਅਰਸ਼ਦੀਪ ਕਲੇਰ ਨੇ ਡੇਟਾ ਦੇ ਕੇ, ਟਾਈਮ ਦੇ ਕੇ, ਡਾਕੂਮੈਂਟ ਦੇ ਕੇ ਸਾਬਤ ਕਰਤਾ ਇਹ ਬੰਦਾ ਝੂਠਾ ਹੈ, ਨੰਬਰ 1। ਨੰਬਰ 2 9 ਸਾਲ ਬੰਦਾ ਭਗੌੜਾ ਕਰਾ ਰਿਹਾ, ਉਹ ਕਹਿੰਦਾ ਮੈਂ ਘਰੇ ਬੈਠਾ, ਕਿਹੜੀਆਂ ਸਰਕਾਰਾਂ ਦੀ ਉਸ ਨੂੰ ਮਦਦ ਸੀ। ਨੰਬਰ 3 ਇੱਕ ਐਡਾ ਵੱਡਾ ਦੋਸ਼ੀ ਹੋਵੇ ਤੇ ਉਹਨੂੰ ਸਰਕਾਰ ਪੈਰੋਲ ਉਸੇ ਜਵਾਨ ਫੋਨ ਦੇ ਦੇ, ਇਹ ਕਿਹਦਾ ਦੋਸ਼ ਹੈ, ਸਰਕਾਰ ਦਾ ਕਿਹਦਾ, ਕਿਸੇ ਚੀਜ਼ 'ਚ ਵੀ ਕੋਹਦਾ ਅਸਰ ਨਹੀਂ। ਜਿੱਥੋਂ ਤੱਕ ਅਕਾਲ ਤਖ਼ਤ ਦਾ ਹਿਸਾਬ ਹੈ ਉਹ ਕਿਸੇ ਨੂੰ ਪੁੱਛਿਆ ਨਹੀਂ, ਦੱਸਿਆ ਨਹੀਂ, ਸਭ ਨੇ ਜਾ ਕੇ ਪ੍ਰਧਾਨ ਜੀ ਨੂੰ ਉਹਨੇ ਚਿੱਠੀ ਕੱਢੀ, ਲੇਕਿਨ ਨਾਲ ਸੀਨੀਅਰ ਬੰਦੇ ਗਏ ਜਾ ਕੇ ਚੁੱਪ ਕਰਕੇ ਨਿਮਰਤਾ ਨਾਲ, ਕੋਈ ਇਕੱਠ ਨਹੀਂ ਕੀਤਾ, ਜਾ ਕੇ ਨਿਮਰਤਾ ਨਾਲ ਚੁੱਪ ਕਰਕੇ ਚਿੱਠੀ ਦਿੱਤੀ ਹੈ ਕਿ ਜੀ ਜੋ ਅਕਾਲ ਤਖ਼ਤ ਦਾ ਹੁਕਮ ਹੈ ਹਮੇਸ਼ਾ ਸਮਰਪਿਤ ਆ, ਹਮੇਸ਼ਾ ਸਮਰਪਿਤ ਰਹਾਂਗੇ। ਔਰ ਮੈਂ ਇਸ ਤੋਂ ਅੱਗੇ ਕਹਿਣਾ, ਇਹ ਦੁਨੀਆਂ 'ਚ ਹੰਕਾਰ ਹੈ ਕਰਨ ਵਾਲਾ ਪਰਮਾਤਮਾ ਹੈ। ਮੈਂ ਆਪਦੀ ਆਤਮਾ ਨਾਲ ਕਹਿਣਾ ਕਿ ਜੋ ਪਰਮਾਤਮਾ ਨੇ ਲਿਖ ਕੇ ਭੇਜਦਾ ਨਾ, ਮਰਨ ਤੋਂ ਜਿਉਣ ਤੋਂ ਆਉਣ ਤੋਂ ਪਹਿਲਾਂ ਭੇਜਦਾ ਹੈ। ਇਹ ਪੰਜਾਬੀ ਵਾਕ ਹੈ ਗੁਰਬਾਣੀ ਦਾ, ਮਰਨ ਲਿਖਾਏ ਮੰਡਲ ਮੇ ਆਏ, ਮਰਨ ਲਿਖਿਆ ਜਾਂਦਾ ਮੰਡਲ 'ਚ ਆਉਣਗੇ, ਦੁਨੀਆਂ 'ਚ ਆਉਣ ਤੋਂ ਪਹਿਲਾਂ ਲਿਖਦਾ ਪਰਮਾਤਮਾ ਤੁਹਾਡੇ ਮੱਥੇ ਤੇ ਕੀ ਹੈਗਾ। ਇਸ ਕਰਕੇ ਪਰਮਾਤਮਾ ਹੈ, ਸਾਨੂੰ ਉਹ ਤੋਂ ਡਰਨਾ ਚਾਹੀਦਾ ਹੈ।
ਸਿੱਖ ਕੌਮ ਨਹੀਂ, ਪੰਜਾਬ ਤੇ ਬੜਾ ਵੱਡਾ ਸੰਕਟ ਹੈ, ਸਿੱਖ ਕੌਮ ਤੇ ਸੰਕਟ ਹੈ। ਸਿੱਖ ਕੌਮ ਨੂੰ ਦਿੱਲੀ ਨੇ ਕਦੇ ਵੀ ਨਾ ਗੁਰੂਆਂ ਵੇਲੇ ਬਖਸ਼ਿਆ, ਨਾ ਸਾਡੇ ਬਜ਼ੁਰਗਾਂ ਵੇਲੇ ਬਖਸ਼ਿਆ, ਨਾ ਆਜ਼ਾਦੀ ਤੋਂ ਬਾਅਦ ਬਦਕਿਸਮਤੀ ਬਖਸ਼ਿਆ ਜਿਹਦੇ ਪਿੱਛੇ ਆਜ਼ਾਦੀ 'ਚ ਏਡੇ ਵੱਡੇ ਅਸੀਂ ਨੁਕਸਾਨ ਸਾਧੇ ਸਿੱਖ ਕੌਮ ਨੇ। ਅੱਜ ਵੀ ਸਾਡੇ ਮਸਲੇ ਸਨ 1947 ਦੇ ਉਵੇਂ 'ਚ ਕਰੋਜੇ ਪਏ ਨੇ, ਉਹਨਾਂ ਦੀ ਕੋਈ ਗੱਲ ਨਹੀਂ ਕਰਦਾ। ਅਕਾਲੀ ਦਲ ਨੂੰ ਗਾਲਾਂ, ਅਕਾਲੀ ਦਲ ਨੂੰ ਗਾਲਾਂ, ਅਕਾਲੀ ਦਲ ਨੂੰ ਗਾਲਾਂ, ਅਕਾਲੀ ਦਲ ਨੂੰ ਗਾਲਾਂ। ਮੈਂ ਹੈਰਾਨ ਇਹ ਆ ਕਿ ਗਾਲਾਂ ਤਾਂ ਜਿਸੇ ਨਾਲ ਲੜਨਾ ਸੀ ਉਹਦਾ ਤਾਂ ਕੋਈ ਲੜਦਾ ਨਹੀਂ, ਅਕਾਲੀ ਦਲ ਆਪਸ ਦੇ ਘਰੋਂ ਘਰੀ ਲੜੀ ਜਾਂਦੇ। ਮੈਂ ਅੱਜ ਵੀ ਫੀਲ ਕਰਦਾ ਭਰਾਵੋ, ਜੇ ਕਿਸੇ ਨੂੰ ਸਹੀ ਪੰਥ ਦਾ ਦਰਦ ਹੈ, ਅਹੁਦਿਆਂ ਨਾਲ ਨਹੀਂ ਲਾਲਚ ਕੋਈ, ਤਾਂ ਅਕਾਲੀ ਦਲ ਨੂੰ ਵੋਟਾਂ ਨਾਲ ਨੀ ਕੁਛ ਮਿਲਣਾ, ਅਕਾਲੀ ਦਲ ਨੂੰ ਇਕੱਠੇ ਹੋ ਕੇ ਮਿਲਣਾ, ਜੁਰਲੀ ਨਾਲ ਮਿਲਣਾ। ਭੁਪਿੰਦਰ ਸਾਹਿਬ ਇਕੱਠੇ ਹੋ ਕੇ ਦਿੱਲੀ ਦੇ ਬਾਗੀਆਂ ਦੇ ਉੱਤੇ ਤੁਸੀਂ ਐਕਸ਼ਨ, ਕਿਸਾਨ ਰੁਲਦੇ ਫਿਰਦੇ ਨੇ ਜੀ, ਰੋਜ਼ ਬੱਚੇ ਬੇਟੀਆਂ ਬੇਟੇ ਬਾਹਰ ਜਾ ਕੇ ਰੁਲੀ ਜਾਂਦੇ ਨੇ, ਰੋਜ਼ ਟੀਕੇ ਲਾ ਲਾ ਬੰਦੇ ਮਰੀ ਜਾਂਦੇ ਨੇ, ਕਿਹੜੀ ਚੀਜ਼ ਦਾ ਹੱਲ ਹੋਇਆ? ਰੋਜ਼ ਆ ਨਵੀਆਂ ਹੁਣ 500 ਬੇਟੀਆਂ, ਠੀਕ ਹੈ, ਤੁਹਾਡਾ ਉਹ ਵੀ ਪੁਆਇੰਟ ਠੀਕ ਹੈ ਕਿ ਬਹੁਤ ਸਾਰੇ ਇਸ਼ੂਸ ਹੈਗੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਵੇ। ਮੈਂ ਇੱਕ ਲਫ਼ਜ਼ ਕਹਿ ਲੈਂਦਾ ਜੀ ਜੀ, ਇਹ ਜਿਹੜੇ ਲੋਕ ਬਦਨਾਮ ਕਰਦੇ ਨੇ, ਮੈਂ ਇਹਨਾਂ ਨੂੰ ਖੁਦ ਨੂੰ ਵੀ ਪੁੱਛਦਾ, ਸਾਰਿਆਂ ਨੂੰ ਪੁੱਛਦਾ ਜਿੰਨੀਆਂ ਪਾਰਟੀਆਂ, ਕਿਉਂ ਤੁਸੀਂ 9 ਸਾਲ ਹੋ ਗਏ ਫਿਰ ਤੁਸੀਂ ਕੋਈ ਕੱਢ ਨਾ ਲਿਆ? ਤੁਸੀਂ ਤਾਂ ਸਾਰੇ ਡਰਾਮੇ ਕਰੀ ਜਾਂਦੇ 9 ਸਾਲ ਦੇ ਅਕਾਲ ਤਖ਼ਤ ਦੇ। ਹਰਿਮੰਦਰ ਸਾਹਿਬ 'ਚ 15 ਸਾਹਿਬ ਲੈ ਕੇ ਵਗ ਗਿਆ, ਕਿੱਧਰ ਗਿਆ ਉਹ ਕੇਸ? ਕੌਣ ਬੋਲਦਾ? ਬੋਲਦੇ ਨੇ ਉਹ ਲੋਕ ਜਿਹੜੇ ਸਾਡੇ ਖਿਲਾਫ਼ ਬੋਲਦੇ ਸੀ ਇੱਥੇ ਸੁਲਤਾਨਪੁਰ ਲੋਧੀ, ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਤੇ ਜੁੱਤੀਆਂ ਪਾ ਕੇ ਗੋਲੀਆਂ ਚਲਾ ਕੇ ਗੁਰਦੁਆਰੇ 'ਚ ਵੜ ਗਏ, 4 ਵਜੇ ਪਾਠ ਹੁੰਦੇ ਤੇ ਕੋਈ ਬੋਲਦਾ? 500 ਐਕਸੀਡੈਂਟ ਇਸ ਤਰ੍ਹਾਂ ਦੇ ਇੰਸੀਡੈਂਟ ਕੋਈ ਬੋਲਦਾ? ਇਹ ਸਾਜ਼ਿਸ਼ਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਦੀ ਹੈ। ਇਸ ਕਰਕੇ ਮੇਰੀ ਅਪੀਲ ਹੈ ਕਿ ਭਾਈ ਯਤਨ ਕਰੋ, ਜਿਹੜੇ ਬਾਗੀਆਂ ਤੇ ਐਕਸ਼ਨ ਕਰ ਦਿੱਤਾ, ਜਿਹੜੇ ਉਹਨਾਂ ਨੇ ਇਲਜ਼ਾਮ ਲਗਾਏ ਜਾਂ ਜਿਹੜੇ ਉਹਨਾਂ ਨੇ ਜ਼ਿਕਰ ਕੀਤਾ ਕਿ ਅਕਾਲੀ ਦਲ ਦੇ ਅੰਦਰ ਸਾਰੀਆਂ ਚੀਜ਼ਾਂ ਠੀਕ ਨਹੀਂ ਆ, ਤੁਹਾਨੂੰ ਲੱਗਦਾ ਕਿ ਉਹਨਾਂ ਵੱਲੋਂ ਲਗਾਏ ਗਏ ਇਲਜ਼ਾਮਾਂ 'ਚ ਕੋਈ ਦਮ ਨਹੀਂ? ਜੋ ਮੇਰੀ ਜਜਮੈਂਟ ਹੈ ਕਿ 10-10 ਘੰਟੇ ਮੀਟਿੰਗਾਂ ਹੁੰਦੀਆਂ ਨੇ, 5-5 ਘੰਟੇ ਮੀਟਿੰਗਾਂ ਹੁੰਦੀਆਂ, 4-4 ਘੰਟੇ ਮੀਟਿੰਗਾਂ ਹੁੰਦੀਆਂ, ਜਿਹੜੇ ਬੰਦੇ ਇਲਜ਼ਾਮ ਲਾਉਂਦੇ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਸਭ ਤੋਂ ਵੱਧ ਬੋਲਦੇ ਹੀ ਉਹ ਸੀ, ਸਭ ਤੋਂ ਵੱਧ ਟਾਈਮ ਉਹ ਲੈਂਦੇ ਸੀ, ਸਭ ਤੋਂ ਵੱਧ ਆਪਣੀਆਂ ਗੱਲਾਂ ਉਹ ਬਣਵਾਉਂਦੇ ਸੀ। ਹੁਣ ਮੈਂ ਗੱਲ ਕਰਕੇ ਫਿਕਸ ਜਾਵਾਂਗਾ, ਲੜਾਈ ਪੈਂਦੀ ਹੈ, ਕੀ ਫਾਇਦਾ ਉਹਨਾਂ ਗੱਲਾਂ ਦਾ? ਇਸ ਕਰਕੇ ਮੈਂ ਇਹਨਾਂ ਗੱਲਾਂ 'ਚ ਨਹੀਂ ਜਾਣਾ, ਮੈਂ ਸਿਰਫ ਇਹ ਗੱਲ ਕਰਨੀ ਹੈ ਕਿ ਭਾਈ ਚਲੋ ਮੈਥੋਂ ਤਾਂ ਸਾਰੇ ਚੰਗੇ ਨੇ, ਮੈਂ ਤਾਂ ਕਹਿੰਦਾ ਸਭ ਤੋਂ ਮਾੜਾ ਮੈਂ ਹਾਂ, ਲੇਕਿਨ ਮੇਰੀ ਇੱਕੋ ਅਪੀਲ ਹੈ ਕਿ ਤੁਸੀਂ ਚੰਗੇ ਹੋ, ਚੰਗੇ ਬਣ ਜਾਓ, ਮੈਨੂੰ ਮਾੜਾ ਇਕੱਲੇ ਨੂੰ ਬਣਾ ਦਿਓ, ਮੈਂ ਤਾਂ ਘਰੇ ਬਹਿ ਜਾਣਾ, ਜਾਓ ਇਹ ਵੀ ਛੱਡ ਦੇਣਾ, ਸਭ ਘਰੇ ਬਹਿ ਜਾਣਾ, ਤੁਸੀਂ ਇਕੱਠੇ ਹੋ ਕੇ ਚਲਾ ਲਓ ਪਾਰਟੀ, ਕਿਉਂ ਪਾਰਟੀ ਨੂੰ ਮਾਰ ਦਿਓ ਸਾਰੇ? ਸ਼ਵੀਰ ਨੂੰ ਕਹਿ ਦੇਣਾ ਚੱਲ ਤੂੰ ਘਰੇ ਬਹਿ ਜਾ, ਮੈਂ ਅਪੀਲ ਕਰ ਦੇਣਾ, ਮੇਰਾ ਖਿਆਲ ਹੈ ਕਿਧਰੇ ਨਹੀਂ ਪਾਏ, ਪਹਿਲਾਂ ਤਾਂ ਅਕਾਲ ਤਖ਼ਤ ਨੂੰ ਹੁਣ ਜਾਣਾ ਹੀ ਹੈ, ਜੋ ਹੁਕਮ ਹੋਏਗਾ ਉਹਨੂੰ ਮੰਨਣਾ ਪਏਗਾ, ਸਭ ਨੂੰ ਮੰਨਣਾ ਪਏਗਾ, ਕੌਮ ਨੂੰ ਮੰਨਣਾ, ਜੋ ਸਹੀ ਹੈ, ਜਿਹੜੇ ਮੰਨਦੇ ਨੇ ਉਹੀ ਅਕਾਲ ਤਖ਼ਤ ਜਾਂਦੇ ਨੇ, ਅਕਾਲ ਤਖ਼ਤ ਕਿੰਤੂ ਕਰਦੇ ਨੇ, ਉਹ ਕਿੰਤੂ ਕਰੀ ਜਾਂਦੇ ਨੇ, ਅਕਾਲ ਤਖ਼ਤ ਨੂੰ ਹੁਕਮ ਦੇਣ ਨੂੰ ਤਿਆਰ ਹੋ ਬੈਠੇ ਨੇ। ਤੁਸੀਂ ਅਕਾਲ ਤਖ਼ਤ ਹੈ, ਗੁਰੂ ਦਾ ਤਖ਼ਤ ਹੈ, ਜਿੱਥੋਂ ਦਿੱਲੀ ਨਾਲ ਟੱਕਰਾਂ ਹੋਈਆਂ ਨੇ, ਹਮੇਸ਼ਾ ਉੱਥੇ ਟੱਕਰ ਲੈਣ ਵਾਲਾ ਕੋਈ ਬਚਿਆ ਨਹੀਂ। ਇਸ ਕਰਕੇ ਗੁਰੂ ਕਿਰਪਾ ਕਰੇਗਾ, ਅਕਾਲੀ ਦਲ ਵੀ ਤਕੜਾ ਰਹੇਗਾ, ਕੌਮ ਵੀ ਤਕੜੀ ਰਹੇਗੀ। ਇਹ ਵਕਤ ਹੈ, ਇਹ ਵਕਤ ਹੈ, ਇਸ ਵਕਤ ਦੇ ਵਿੱਚ ਜੇ ਅਸੀਂ ਸਿਆਣੇ ਹੋ ਕੇ ਨਿਬੜਾਂਗੇ, ਚੰਗਾ ਲਿਖਿਆ ਜਾਏਗਾ, ਨਹੀਂ ਲਿਖੇਗਾ, ਫਲਾਣੇ ਵੇਲੇ ਮਾੜੇ ਬੰਦੇ ਸੀ, ਉਹਨੂੰ ਨੁਕਸਾਨ ਕਰਤਾ, ਚੰਗੇ ਆਏ ਉਹਨਾਂ ਨੇ ਸਹਾਰ ਲਿਆ। ਸੋ ਭਾਈ ਮੈਂ ਤਾਂ ਇੰਨੀ ਗੱਲ ਕਹਿਣੀ ਹੈ, ਮੈਂ ਕਿਸੇ ਇੰਡੀਵਿਜੁਅਲ ਜਵਾਬ ਇਕੱਲੇ ਦਾ ਨਾ, ਮੈਂ ਕਿਸੇ ਕੁਛ ਨਹੀਂ ਕਹਿਣਾ, ਸਭ ਭਰਾ ਹੈ, ਮੈਥੋਂ ਸਿਆਣੇ ਆ। ਠੀਕ ਹੈ ਭੁਪਿੰਦਰ ਸਾਹਿਬ, ਸਾਡੇ ਨਾਲ ਰਹੋ ਲਾਈਨ ਤੇ, ਬੀਬੀ ਜਗੀਰ ਕੌਰ ਜੁੜ ਚੁੱਕੀ ਨੇ ਸਾਡੇ ਨਾਲ। ਬੀਬੀ ਜਗੀਰ ਕੌਰ ਜੀ ਸਵਾਗਤ, ਮੈਥੋਂ ਬੀਬੀ ਨਾਲ ਕਾਹਨੂੰ ਜਵਾਬ ਦਿੰਦਾ? ਨਹੀਂ ਚਲੋ, ਦੇਖੋ ਗੱਲ ਇਹ ਕਿ ਤੁਹਾਡੇ ਵਰਕਰ, ਤੁਹਾਡੇ ਸਮਰਥਕ ਅਕਾਲੀ ਦਲ ਨੂੰ ਜਿਹੜੇ ਪਿਆਰ ਕਰਦੇ ਨੇ ਉਹ ਵੀ ਸੁਣਦੇ ਹੋਣੇ ਆ, ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿ ਆਪਾਂ ਖੁਦ ਕੇ ਗਲਤਾਂ ਕਰ ਲਈਏ ਕਿ ਜਿਹਨਾਂ ਨੂੰ ਕੱਢ ਦਿੱਤਾ ਪਾਰਟੀ ਚੋਂ ਜਾਂ ਜਿਹਨਾਂ ਦੇ ਉੱਤੇ ਐਕਸ਼ਨ ਹੋਇਆ ਉਹ ਕੀ ਕਹਿ ਰਹੇ ਨੇ ਤੇ ਤੁਸੀਂ ਕੀ ਕਹਿੰਦੇ ਹੋ। ਬੀਬੀ ਜਗੀਰ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ
ਨਿਊਜ਼ 18 ਪੰਜਾਬ ਦੇ ਉੱਤੇ ਐਕਸ਼ਨ ਜਿਨ੍ਹਾਂ ਨੇ ਬਗਾਵਤ ਕੀਤੀ ਪਾਰਟੀ ਦੇ ਵਿੱਚ ਉਹਨਾਂ ਦੇ ਉੱਤੇ ਕਰ ਦਿੱਤਾ ਗਿਆ, ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਬਾਹਰ ਕਰਦਾ, ਯਾਨੀ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ। ਮੈਨੂੰ ਲੱਗਦਾ ਕਿ ਕਰੀਬ ਕਰੀਬ 1 ਸਾਲ ਸਵਾ ਸਾਲ ਪਹਿਲਾਂ ਵੀ ਤੁਹਾਡੇ ਉੱਤੇ ਇਸ ਤਰੀਕੇ ਦਾ ਐਕਸ਼ਨ ਹੋਇਆ ਸੀ, ਅੱਜ ਦੁਬਾਰਾ ਹੋ ਗਿਆ। ਜ਼ਿੰਦਗੀ ਵਿੱਚ ਦੇਖੋ ਜੀ, ਆਪਾਂ ਅਕਾਲੀ ਦਲ 'ਚ ਜੰਮੇ ਤੇ ਅਕਾਲੀ ਦਲ ਮਰਨਾ ਕਿਸੇ ਚੀਜ਼ ਮਤਲਬ ਸਾਲ ਬਾਹਰ ਕਰਦੇ, ਕਿਉਂਕਿ ਅਕਾਲੀ ਹਰ ਸਿੱਖ ਹੈ ਜਿਹੜਾ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੈ। ਅਕਾਲ ਪੁਰਖ ਦੀ ਜੋ ਮਰਿਆਦਾ ਹੈ ਉਹਦੇ ਵਿੱਚ ਰਹਿੰਦਾ, ਸਿਧਾਂਤਾਂ ਦੀ ਪਾਲਣਾ ਕਰਦਾ, ਵਿਦਰੋਹ ਇਹ ਕਰਦੇ ਹੈ ਪਾਰਟੀ ਦੀ ਅਨੁਸ਼ਾਸਨੀ ਅਨੁਸ਼ਾਸਨ ਭੰਗ ਤੇ ਇਹਨਾਂ ਨੇ ਕੀਤਾ। ਜਿਹੜੀ ਕੰਪਨੀ ਬਣੀ ਹੋਈ ਹੈ ਛੋਲੇ ਬਾਦਲ ਕੰਪਨੀ, ਇਹਨਾਂ ਨੇ ਭੰਗ ਨੀ ਕੀਤਾ ਜਦੋਂ ਜਲੰਧਰ ਦੇ ਵਿੱਚ ਆਪਣਾ ਕੈਂਡੀਡੇਟ ਦੇ ਕੇ ਤੇ ਉਹਦਾ ਵਿਰੋਧ ਕੀਤਾ। ਬੀਐਸਪੀ ਦਾ ਸਵਾਗਤ, ਅਸੀਂ ਤੇ ਲਗਾਤਾਰ ਸੁਧਾਰ ਦੀ ਗੱਲ ਕਰਦੇ, ਇਧਰ ਉਧਰ ਤੰਗਣਾ ਕਰਨ ਦੀ ਗੱਲ ਕਰਦੇ ਹਾਂ। ਜੋ ਅੱਜ ਗੱਲਾਂ ਸਾਹਮਣੇ ਬਾਹਰ ਆ ਰਹੀਆਂ ਨੇ ਉਹ ਇਹਨਾਂ ਦੀ ਸੋਚ ਦੇਖੋ ਤੁਸੀਂ ਕਿੱਥੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜੇ ਸਿੱਖੇ ਹੁਣ ਉਹਨਾਂ ਨੂੰ ਜਾ ਜਾ ਕੇ ਮਿਲਣਾ, ਉਹਨਾਂ ਨਾਲ ਗੱਲਾਂ ਕਰਨੀਆਂ, ਇਹ ਵਿਰੋਧ ਕੌਣ ਕਰਦਾ ਹੈ? ਅਸੀਂ ਕਰਦੇ ਹੀ ਨੀ। ਸਾਡਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮਰਪਿਤ ਹੋ ਕੇ ਕੰਮ ਕਰ ਰਹੇ, ਸਾਰੀ ਪਾਰਟੀ ਇੱਕ ਪਾਸੇ ਹੈ, ਸਿਰਫ ਤਿੰਨ ਚਾਰ ਜਣਿਆਂ ਦੀ ਕੰਪਨੀ ਇੱਕ ਪਾਸੇ ਬੈਠੀ ਹੋਈ ਹੈ, ਇਹ ਕੁਰਸੀ ਉੱਤੇ ਬੈਠ ਕੇ ਫੋਟੋ ਖਿਚਾ ਲਿਆ ਕਰਨ, ਬਸ ਠੀਕ ਹੈ। ਪਾਰਟੀ ਕਿਹੜੀ? ਪਾਰਟੀ ਸਾਰੀ ਸਾਡੇ ਕੋਲ ਹੈ। ਨਹੀਂ, ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਪਾਰਟੀ ਦੇ, ਸੁਖਬੀਰ ਸਿੰਘ ਬਾਦਲ ਤੇ ਇਸ ਵੇਲੇ ਬਾਦਲ ਕੰਪਨੀ ਹੈ, ਪਾਰਟੀ ਤੋਂ ਰਹੀ ਨੀ ਉੱਥੇ, ਪਾਰਟੀ ਸਾਰੀ ਇੱਕ ਪਾਸੇ ਹੋ ਗਈ। ਬਲਵਿੰਦਰ ਭੁੰਦਰ ਜੀ ਸਾਡੇ ਨਾਲ ਜੁੜੇ ਹੋਏ ਨੇ, ਅਨੁਸ਼ਾਸਨੀ ਕਮੇਟੀ ਦੇ ਹੈਡ ਜੀ, ਰਹਿਣ ਦੇ ਵੱਡੇ ਭਰਾ ਨੇ। ਮੈਂ ਉਹਨਾਂ ਦੇ ਦੇਖੋ ਅਨੁਸ਼ਾਸਨੀ ਕਮੇਟੀ ਉਹਨਾਂ ਦਾ ਕੀ ਹੈ, ਕਦੇ ਕਿਸੇ ਡਿਊਟੀ ਲਾ ਦਿੰਦੇ, ਕਦੇ ਕਿਸੇ ਡਿਊਟੀ ਲਾ ਦਿੰਦੇ, ਇਹ ਤਾਂ ਆਪਣਾ, ਮੈਂ ਨੀ ਕਹਿਣਾ ਉਹਨਾਂ ਨੂੰ ਸਰਕਾਰ ਨਾਲ, ਸਰਕਾਰ ਸਾਰੀ ਉਮਰ ਕਮਾਇਆ, ਸਰਕਾਰ ਕਰਦੇ ਰਹੇ ਹੈ, ਮੈਂ ਇਹਨਾਂ ਕੋਲ ਸਵਾਲ ਜਵਾਬ ਥੋੜੇ ਕਰਨੇ ਹੈ। ਨਹੀਂ ਨਹੀਂ, ਸਵਾਲ ਜਵਾਬ ਨਹੀਂ, ਮੈਂ ਉਹਨਾਂ ਦੀ ਗੱਲ ਇੱਕ ਤੁਹਾਨੂੰ ਦੱਸਦਾ, ਤੁਸੀਂ ਉਹਦੇ ਉੱਪਰ ਜਵਾਬ ਦੇ ਦਿਓ। ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਨੇ ਮੈਨੂੰ ਐਕਸ਼ਨ ਲੈਣ ਨੂੰ ਲੈ ਕੇ ਇੱਕ ਗੱਲ ਨਹੀਂ ਕਹੀ, ਅਨੁਸ਼ਾਸਨੀ ਕਮੇਟੀ ਬਣਾ ਦਿੱਤੀ ਸੀ, ਅਸੀਂ ਖੁਦ ਡਿਸਾਈਡ ਕੀਤਾ ਪ੍ਰਧਾਨ ਸਾਹਿਬ ਦਾ ਇਸ ਦੇ ਵਿੱਚ ਕੋਈ। ਚਲੋ ਜੀ, ਇਹ ਖੁਦ ਹੀ ਡਿਸਾਈਡ ਕਰਦੇ, ਪ੍ਰਧਾਨ ਜੀ ਤੈਨੂੰ ਕੱਖ ਵੀ ਨਹੀਂ ਕਹਿੰਦੇ, ਪ੍ਰਧਾਨ ਜੀ ਤਾਂ ਕੁਛ ਕਹਿੰਦੇ ਹੀ ਨਹੀਂ, ਕਿ ਪ੍ਰਧਾਨ ਜੀ ਨੇ ਸਾਰੀ ਦੁਨੀਆ ਇਸ ਵੇਲੇ ਲਾਂਦਾ ਪਾਣੀ, ਉਹ ਤਾਂ ਨਹੀਂ ਕਿਸੇ ਕੁਛ ਕਹਿੰਦੇ, ਛੱਡੋ। ਤੁਹਾਨੂੰ ਲੱਗਦਾ ਕਿ ਇਹ ਪਾਰਟੀ ਪ੍ਰਧਾਨ ਦਾ ਫੈਸਲਾ? ਚਲੋ, ਬੀਬੀ ਜਗੀਰ ਕੌਰ ਸਾਡੇ ਨਾਲ ਫੋਨ ਲਾਈਨ ਤੇ ਸੀ, ਲੱਗਦਾ ਕਨੈਕਸ਼ਨ ਦੇ ਵਿੱਚ ਪ੍ਰੋਬਲਮ ਹੈ। ਭੁੰਦਰ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਦੇਖੋ, ਤੁਸੀਂ ਨਹੀਂ ਸਵਾਲ ਜਵਾਬ ਕਰਨਾ ਚਾਹੁੰਦੇ ਸੀ, ਉਹ ਵੀ ਸੇਮ ਲਾਈਨ ਦੇ ਉੱਤੇ ਸੀ, ਪਰ ਉਹਨਾਂ ਨੇ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਇਹ ਭੁੰਦਰ ਸਾਹਿਬ ਦਾ ਡਿਸੀਜਨ ਨਹੀਂ ਹੈ। ਉਹਦੇ 'ਚ ਦੇਖੋ, ਮੈਂ ਆਪਣਾ ਅੱਛੇ ਨਹੀਂ ਲੱਗਦੇ, ਚਲੋ ਪਾਰਟੀ ਹੈ, ਮੈਂ ਤਾਂ ਅੱਜ ਵੀ ਕਹਿਣਾ ਕਿ ਇੱਕ ਦੂਜੇ ਦੇ ਸਵਾਲ ਜਵਾਬ ਦਾ ਕੋਈ ਫਾਇਦਾ ਨਹੀਂ ਜੀ। ਸਾਰਿਆਂ ਨੂੰ ਆਪਣੇ ਮਨਾਂ ਸੋਚਣਾ ਚਾਹੀਦਾ ਕਿ ਇਹਦੀ ਕਿੱਥੇ ਗਲਤੀ ਹੈ, ਉਹਨੂੰ ਸੁਧਾਰਨਾ ਚਾਹੀਦਾ। ਜੇ ਪਾਰਟੀ ਨੂੰ ਜੇ ਅਸੀਂ ਸਾਰੇ ਮੰਨਦੇ ਹਾਂ ਕਿ ਅਸੀਂ ਅਕਾਲੀ ਹਾਂ, ਤੇ ਫਿਰ ਸਾਨੂੰ ਸਾਰਿਆਂ ਨੂੰ ਰਲ ਕੇ ਸੁਧਾਰਨਾ ਚਾਹੀਦਾ, ਬਜਾਏ ਬਾਹਰ ਜਾ ਕੇ ਗੱਲਾਂ ਕਰੀਏ, ਲੜੀਏ, ਇੱਕ ਦੂਜੇ ਉਲਟ ਬੋਲੀਏ, ਸੁਧਾਰਨਾ ਚਾਹੀਦਾ। ਸੋ ਇਸ ਕਰਕੇ ਮੈਂ ਤਾਂ ਕਿਸੇ ਦਾ ਨਾਂ ਨਹੀਂ ਲੈਂਦਾ, ਕਿਸੇ ਉਲਟ ਨਹੀਂ ਬੋਲਦਾ, ਕੁਛ ਨਹੀਂ ਕਹਿੰਦਾ। ਨਹੀਂ, ਪ੍ਰਭੁੰਦਰ ਸਾਹਿਬ ਦੇਖੋ, ਮਨਾਉਣ ਵਾਲੀ ਗੱਲ ਵੀ ਹੁੰਦੀ ਹੈ ਕਿ ਠੀਕ ਹੈ ਪਾਰਟੀ ਆ, ਇੱਕ ਪਰਿਵਾਰ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ, ਕੋਈ ਬਾਹਰ ਜਾ ਕੇ ਵੀ ਬੋਲ ਪਿਆ, ਤਾਂ ਵੀ ਕਿਤੇ ਨਾ ਕਿਤੇ ਮਨਾ ਕੇ ਸਭ ਨੂੰ ਵਾਪਸ ਲਿਆਉਣ ਦੀ ਗੱਲ ਹੁੰਦੀ ਹੈ। ਉਹ ਵੀ ਯਤਨ ਕਰ ਲਾਂਗੇ, ਕਿਹੜਾ ਹੁਣ ਤਾਂ ਕਿਹੜਾ ਗੁਰੂ ਰਿਹਾਜ ਵਿੱਚ ਜਾਣਾ ਪਏਗਾ ਨਾ, ਜਦੋਂ ਕੋਈ ਗੁਰੂ ਰਿਹਾਜ ਵਿੱਚ ਕੋਈ ਫੈਸਲਾ ਹੋ ਜਾਊਗਾ ਉਸ ਤੋਂ ਬਾਅਦ ਫੇਰ ਆਉਣਗੀਆਂ ਇਹ ਗੱਲਾਂ। ਹੁਣ ਇਸ ਵੇਲੇ ਤਾਂ ਉਹ ਜਿਹੜੇ, ਮੈਂ ਉਹੀ ਕਹਿ ਰਿਹਾ ਸੀਗਾ ਕਿ ਬੀਬੀ ਜਗੀਰ ਕੌਰ ਵੀ ਇਹੀ ਗੱਲ ਕਹਿੰਦੇ ਨਜ਼ਰ ਆਏ ਕਿ ਤੁਹਾਡਾ ਡਿਸੀਜਨ ਨਹੀਂ ਹੈ ਬਾਗੀਆਂ ਨੂੰ ਬਾਹਰ ਕਰਨਾ, ਇਹ ਡਿਸੀਜਨ ਹੈ ਪ੍ਰਧਾਨ ਦਾ। ਉਹਨਾਂ ਨੇ ਤੁਹਾਨੂੰ ਕਿਹਾ ਤੁਹਾਡੇ ਨਾਮ ਦੇ ਉੱਤੇ ਜਿਹੜਾ ਬਿਆਨ ਜਾਰੀ ਕਰਵਾ ਦਿੱਤਾ ਗਿਆ, ਡਿਸੀਜਨ ਤਾਂ ਪਾਰਟੀ ਦਾ ਹੁੰਦਾ। ਹਾਂਜੀ ਜੀ ਜੀ, ਬਰਾੜ ਸਾਹਿਬ ਵੀ ਕੁਝ ਕਹਿਣਾ ਚਾਹ ਰਹੇ ਹਾਂ।
ਗੌਰਵ ਜੀ ਮੇਰੀ ਬੇਨਤੀ ਹੈ ਭੁੰਦੜ ਸਾਹਿਬ ਨੂੰ ਇੱਕ ਲਾਸਟ ਕੁਐਸਚਨ ਕਰੂੰਗਾ ਕਿਉਂਕਿ ਇਹ ਗੱਲਾਂ ਅੱਗੇ ਤੱਕ ਜਾਣੀਆਂ ਹੈ। ਜਦੋਂ 2017 ਦਾ ਇਲੈਕਸ਼ਨ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮੈਨੂੰ ਕਹਿ ਕੇ ਤੇ ਸਾਰੇ ਪੰਜਾਬ ਦੇ ਵਿੱਚ ਮੀਟਿੰਗਾਂ ਰਖਵਾਈਆਂ ਕਿ ਡੇਰੇ ਵਾਲਿਆਂ ਨਾਲ ਵੋਟਾਂ ਦੀ ਗੱਲ ਮੁੱਕ ਗਈ ਹੈ ਤੇ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਾਓ। ਉਹ ਜ਼ਿਲ੍ਹਿਆਂ ਦੀਆਂ ਅਸੀਂ ਮੀਟਿੰਗਾਂ ਕੀਤੀਆਂ, ਮੀਟਿੰਗਾਂ ਤੋਂ ਬਾਅਦ ਸਾਰੇ ਜਿਹੜੇ ਹਲਕਾ ਇੰਚਾਰਜ ਸੀ ਉਹਨਾਂ ਨੂੰ ਤਖ਼ਤ ਸਾਹਿਬ ਤੋਂ ਜਿਹੜੀ ਹੈ ਉਹ ਸੇਵਾ ਵੀ ਲੱਗੀ। ਹੁਣ ਇਹ ਗੱਲ ਕਿੱਥੇ ਸਾਬਤ ਹੋਣ ਤੋਂ ਬਾਕੀ ਹੈ ਕਿ ਡੇਰੇ ਨਾਲ ਸਾਡੀ ਗੱਲਬਾਤ ਨਹੀਂ ਹੁੰਦੀ ਸੀ ਜਾਂ ਵੋਟਾਂ ਦੀ ਸੌਦਾਬਾਜ਼ੀ ਕੀਤੀ ਸੀ ਕਿ ਨਹੀਂ ਕੀਤੀ ਸੀ? ਇਸ ਕਰਕੇ ਭੁੰਦੜ ਸਾਹਿਬ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸਾਰੇ ਸੀਨੀਅਰ ਲੀਡਰ ਬੁਲਾ ਲਓ, ਬੁਲਾ ਕੇ ਕੋਈ ਚੰਗੀ ਧਾਮੀ ਸਾਹਿਬ ਦੀ ਚੇਅਰਮੈਨਸ਼ਿਪ ਥੱਲੇ, ਤੁਹਾਡੀ ਚੇਅਰਮੈਨਸ਼ਿਪ ਥੱਲੇ, ਦੋਨੇ ਪਾਸਿਓਂ ਦੋ ਦੋ ਤਿੰਨ ਤਿੰਨ ਮੈਂਬਰ ਲੈ ਕੇ ਕੋਈ ਪ੍ਰੈਜ਼ੀਡੀਅਮ ਬਣਾ ਲਓ ਜੇ ਪਾਰਟੀ ਬਚਾਉਣੀ ਹੈ। ਵਰਨਾ ਨਹੀਂ ਤਾਂ ਜੋ ਹਾਲਾਤ, ਉਹ ਪੰਜਾਬ ਪਿੰਡਾਂ ਦੀ ਆਪਣੀ ਕਹਾਵਤ ਹੈ, 100 ਗੰਢੇ ਵੀ ਖਾਵਾਂਗੇ, 100 ਛਿੱਤਰ ਵੀ ਖਾਵਾਂਗੇ ਤੇ 100 ਰੁਪਇਆ ਵੀ ਦੇਵਾਂਗੇ। ਫਿਰ ਇਹ ਜਦੋਂ ਸਾਰਾ ਕੁਝ ਖਤਮ ਹੋ ਗਿਆ ਤੇ ਫਿਰ ਸਿਰ ਜੋੜਨ ਦਾ ਕੋਈ ਨਾ ਫਾਇਦਾ ਹੋਣਾ ਨਾ ਲੈਣਾ ਦੇਣਾ। ਸਾਡੀ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਬਹੁਤ ਵੱਡਾ ਬੰਦਾ ਉਹ, ਪਰਮਾਤਮਾ ਨੇ ਉਹਨੂੰ ਬਹੁਤ ਵੱਡੇ ਘਰੇ ਜਨਮ ਦਿੱਤਾ ਹੈ। ਸਾਡੀ ਤਾਂ ਇੱਕੋ ਹੀ ਹੈ ਕਿ ਪਾਰਟੀ ਮਰ ਰਹੀ ਹੈ ਗਲਤ ਫੈਸਲਿਆਂ ਕਰਕੇ। ਸਾਨੂੰ ਕੀ ਲੋੜ ਪਈ ਸੀ ਕਿ ਸਾਨੂੰ ਲੋਕਾਂ ਦੇ ਵੱਲ ਝਾਕਣਾ ਚਾਹੀਦਾ? ਜੇ ਲੋਕਾਂ ਵੱਲ ਝਾਕਦੇ ਸੀ, ਭਾਈ ਅੰਮ੍ਰਿਤਪਾਲ ਸਿੰਘ ਜਿੱਤ ਗਏ, ਭਾਈ ਸਰਬਜੀਤ ਸਿੰਘ ਜਿੱਤ ਗਏ, ਕਿਉਂਕਿ ਉਹ ਕਿਸੇ ਕੋਈ ਡੇਰੇ ਤੇ ਨਹੀਂ ਜਾਂਦੇ ਸੀਗੇ। ਇਸ ਕਰਕੇ ਮੈਂ ਅੱਜ ਵੀ ਹੱਥ ਜੋੜ ਕੇ ਲਾਸਟ ਵਾਰੀ ਤੁਹਾਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ, ਨਾ ਅਕਾਲੀ ਦਲ ਅੱਜ ਮਰਿਆ ਨਾ ਕੱਲ ਮਰੂਗਾ। ਹਾਂ ਠੀਕ ਹੈ, ਜੇ ਸਾਡੇ ਗਲਤ ਫੈਸਲੇ ਤੇ ਲੋਕ ਗੁੱਸੇ 'ਚ ਸਾਡੇ ਖਿਲਾਫ਼ ਵੋਟ ਪਾਉਂਦੇ ਆ, ਬੰਦਾ 300 ਇਕੱਠਾ ਹੋਵੇ, ਵੋਟਾਂ 30 ਪੈਣ, ਸਾਨੂੰ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਹੈ। ਸਾਡੇ ਬੋਲਣ ਨਾਲ ਨਹੀਂ ਉਹ ਉਲਟ ਪਾਈਆਂ, ਅਸੀਂ ਵੀ ਨਾਲ ਹੀ ਸੀ ਲੋਕਾਂ ਤੋਂ ਗਾਲਾਂ ਲੈਣ ਨੂੰ ਜਾਂ ਲੋਕਾਂ ਨੂੰ ਮਿੰਨਤਾਂ ਕਰਨ ਲਈ। ਇਸ ਕਰਕੇ ਭੁੰਦੜ ਸਾਹਿਬ ਨੂੰ ਲਾਸਟ ਵਾਰੀ ਹੱਥ ਜੋੜ ਕੇ ਬੇਨਤੀ ਹੈ ਕਿ ਘਰੇ ਬਿਠਾ ਕੇ ਪ੍ਰਧਾਨ ਸਾਹਿਬ ਨਾਲ ਗੱਲ ਕਰ ਲਓ, ਨਾ ਪਾਰਟੀ ਭੁੰਦੜ ਸਾਹਿਬ ਅਜੇ ਵੀ ਤੁਹਾਡੇ ਜਿਹੜੇ ਨਾ ਮਾਰੋ ਜਿਨ੍ਹਾਂ ਦੇ ਉੱਤੇ ਤੁਸੀਂ ਐਕਸ਼ਨ ਲਿਆ, ਉਹ ਸੁਝਾਅ ਜਾਂ ਇੱਕ ਅਪੀਲ ਕਰ ਰਹੇ ਨੇ ਕਿ ਘੱਟੋ ਘੱਟ ਇੱਕ ਕਮੇਟੀ ਬਣਾ ਲਓ ਜਿਹਦੇ ਵਿੱਚ ਦੋਵੇਂ ਧਿਰਾਂ ਵਾਲੇ ਬੰਦੇ ਹੋਣ, ਘੱਟੋ ਘੱਟ ਗੱਲ ਤਾਂ ਹੋਵੇ ਕਿ ਗੱਲ ਹੋਈ ਨਹੀਂ ਤੁਸੀਂ ਡਾਇਰੈਕਟਲੀ ਐਕਸ਼ਨ ਕਰ ਦਿੱਤਾ? ਕੋਈ ਨੀ, ਜਿਹੜੇ ਐਕਸ਼ਨ ਹੈ ਜੀ, ਕੋਈ ਐਸਾ ਤਾਂ ਹੈ ਨੀ ਕਿ ਗੋਲੀ ਚੱਲ ਜਾਂਦੀ ਹੈ। ਪਾਰਟੀ 20 ਵਾਰੀ ਆਉਣ ਜਾਣ ਬਣਿਆ ਰਹਿੰਦਾ, ਸੋ ਸਾਰਿਆਂ ਨੂੰ ਸੋਚਣਾ ਚਾਹੀਦਾ, ਸਾਰਿਆਂ ਦੀ ਸੋਚ ਇੱਕ ਥਾਂ ਤੇ ਹੋਊਗੀ ਤਾਂ ਸਭ ਠੀਕ ਹੋ ਜਾਊਗਾ। ਕੋਈ ਹੁਣ ਕੋਈ ਗੱਲ ਨਹੀਂ, ਦੇਖੋ ਗੱਲ ਇਹ ਹੈ ਕਿ ਜਦੋਂ ਤੁਸੀਂ ਅਨੁਸ਼ਾਸਨੀ ਕਮੇਟੀ ਨੂੰ ਹੈਡ ਕਰਕੇ ਪੂਰਾ ਐਕਸ਼ਨ ਲੈ ਰਹੇ ਸੀ, ਉਸ ਸਮੇਂ ਤੁਹਾਡੇ ਤੇ ਇਲਜ਼ਾਮ ਹੈ ਕਿ ਕਿਸੇ ਦੇ ਨਾਲ ਤੁਸੀਂ ਗੱਲਬਾਤ ਨਹੀਂ ਕੀਤੀ, ਕਿ ਹੁਣ ਗੱਲਬਾਤ ਦਾ ਸਮਾਂ ਬਿਲਕੁਲ ਨਿਕਲ ਚੁੱਕਿਆ, ਹੁਣ ਤਾਂ ਇਨਫੈਕਟ ਤੁਸੀਂ ਪਾਰਟੀ ਤੋਂ ਬਾਹਰ ਕਰ ਦਿੱਤਾ। ਇਹ ਸਮਝਿਆ ਜਾਵੇ ਕਿ ਢੀਂਡਸਾ ਸਾਹਿਬ, ਢੀਂਡਸਾ ਪਰਿਵਾਰ ਦੇ ਨਾਲ ਜਾਂ ਚੰਦੂਮਾਜਰਾ ਪਰਿਵਾਰ ਦੇ ਨਾਲ ਜਾਂ ਬਰਾੜ ਸਾਹਿਬ ਨੇ ਜਾਂ ਬੀਬੀ ਜਗੀਰ ਕੌਰ ਨੇ, ਹੁਣ ਕੋਈ ਗੱਲਬਾਤ ਨਹੀਂ ਹੋਏਗੀ। ਜਿਹਨਾਂ ਨੇ ਆਉਣਾ ਹੈ ਤਾਂ ਪਾਰਟੀ ਦੇ ਵਿੱਚ ਆ ਜਾਣ, ਪੁਰਾਣੀਆਂ ਸਾਰੀਆਂ ਗੱਲਾਂ ਨੂੰ ਛੱਡ ਕੇ। ਪਾਰਟੀ ਦੇ ਫੈਸਲੇ ਜਿਹੜੇ ਹੁੰਦੇ ਆ ਨਾ ਜੀ, ਇੱਕ ਤਾਂ ਹੁੰਦਾ ਇੱਕ ਕੋਈ ਮੀਟਿੰਗ ਹੈ, ਕਮੇਟੀ ਹੈ, ਇੱਕ ਹੁੰਦਾ ਸਮੁੱਚਾ ਪਾਰਟੀ ਦਾ। ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਉਦੋਂ ਕੋਈ ਬਲਵਿੰਦਰ ਇਕੱਲਾ ਨਹੀਂ ਫੈਸਲੇ ਲੈ ਸਕਦਾ, ਪਾਰਟੀ ਸਾਰੀ ਬਹਿ ਕੇ ਰਾਏ ਕਰਦੀ ਹੈ, ਉਹ ਰਾਏ ਦੇ ਮੁਤਾਬਕ ਅੱਗੇ ਚੱਲਦਾ। ਮੈਂ ਤਾਂ ਅੱਜ ਵੀ ਕਹਿਣਾ ਕਿ ਨਾ ਮੈਂ ਕਿਸੇ ਗੱਲ 'ਚ ਇੰਡੀਵਿਜੁਅਲ ਜਾਣਾ ਕਿਸੇ ਗੱਲ ਦਾ ਜਾਂ ਹਾਏ, ਤਾਂ ਮੇਰੇ ਕੋਲ ਤਾਂ ਫੈਕਟਸ ਸਭ ਤੋਂ ਵੱਧਣਗੇ, ਹਰ ਚੀਜ਼ ਦਾ ਮੈਂ ਗਵਾਹ ਹਾਂਗਾ, ਲੇਕਿਨ ਮੈਂ ਕਹਿਣਾ ਕੁਛ ਨਹੀਂ ਚਾਹੁੰਦਾ, ਕਿਉਂਕਿ ਬੋਲਾਂਗੇ ਉਹਦੇ ਨਾਲ ਨੁਕਸਾਨ ਹੈ, ਬੋਲਣ ਦਾ ਕੋਈ ਫਾਇਦਾ ਨਾਲੇ ਬੋਲਾਂ ਕੀ ਨੂੰ, ਜਿਹਨੇ ਨੁਕਸਾਨ ਕੀਤਾ ਕਿ ਜਿਹੜੇ ਘਰੇ ਲੜੀ ਜਾਂਦੇ ਘਰ ਦੇ ਲੜਨ ਵਾਲਿਆਂ ਨੂੰ, ਜੋ ਕੋਈ ਮੈਨੂੰ ਵੀ ਕਹੀ ਜਾਣਗੇ, ਜੋ ਦੋਸ਼ ਲਾਈ ਜਾਣਗੇ, ਮੈਂ ਝੱਲੀ ਜਾਊਂ ਸਾਰੇ ਦੋਸ਼ ਮੇਰੇ ਤੇ ਪਾ ਦੇਣ, ਪਾਰਟੀ ਬਚਾ ਲੈਣ ਮੇਰੇ ਦੋਸ਼ ਲਾ ਦੇਣ ਸਾਰੇ, ਮੈਂ ਮੰਨ ਲਊਗਾ ਕਿ ਬਲਵਿੰਦਰ 'ਚ ਕਸੂਰ ਸੀ, ਇਹ ਤਾਂ ਸਾਰੇ ਠੀਕ ਨੇ। ਸੋ ਮੇਰੀ ਤਾਂ ਇੱਕੋ ਬੇਨਤੀ ਹੈ ਕਿ ਉਹਦੇ 'ਚ ਗੱਲਾਂ 'ਚ ਨਹੀਂ ਚਾਹੀਦਾ ਹੁੰਦਾ, ਪਾਰਟੀ ਬਚਾਉਣ ਵਾਸਤੇ ਸਾਰਿਆਂ ਨੂੰ ਹੀ ਆਪਣੀ ਆਤਮਾ ਝਾਕਣਾ ਚਾਹੀਦਾ, ਨਾ ਗੱਲਾਂ ਆਪਾਂ ਦੋਸ਼ ਤੋਂ ਲਾਈ ਜਾਂਦੇ ਕਿ ਫਲਾਣਾ ਦੋਸ਼ ਹੈ, ਇਹ 'ਚ ਕਿਵੇਂ ਨਹੀਂ ਠੀਕ। ਮੈਂ ਹੈਰਾ ਰਹੇ ਹਾਂ ਕਿ ਜਿਹੜੇ ਤਾਂ ਹਰਿਮੰਦਰ ਸਾਹਿਬ 'ਚ ਕਾਤਲ ਬਣ ਗਏ, 500 ਦੋਸ਼ ਉਸ ਤੱਕ ਬੋਲਦਾ ਨਹੀਂ, ਪਤਾ ਨਹੀਂ ਕਿੱਧਰ ਗਏ ਚੁੱਪ ਨੇ ਸਾਰੇ।
ਇਹਨੇ ਭਗਵੰਤ ਮਾਨ ਨੇ ਐਕਸ਼ਨ ਕਰਤਾ, ਪਾਸ ਗੋਲੀਆਂ ਚਲਾਤੀਆਂ, ਬੰਦੇ ਬਾਹਰ ਤੇ ਅੰਦਰ ਬਣ ਗਿਆ, ਕੋਈ ਬੋਲਦਾ ਨੀ। ਹੁਣ ਰੋਜ਼ ਝੂਠ ਬੋਲਣ ਬਾਰੇ ਜਾਂਦੇ, ਰੋਜ਼ ਨੀ ਬੋਲਦਾ, ਰੋਜ਼ ਝੂਠੇ ਬਿਆਨ, ਕੋਈ ਨੀ ਬੋਲਦਾ। ਅਕਾਲੀ ਦਲ ਨੂੰ ਗਾਲਾਂ, ਅਕਾਲੀ ਦਲ ਨੂੰ ਗਾਲਾਂ, ਅਕਾਲੀ ਦਲ ਨੂੰ ਗਾਲਾਂ ਕਰ, ਔਰ ਹੜ ਲੱਗੇ ਕੌਣ? ਬਗਾਨਿਆਂ ਤੋਂ ਨੀ ਘਰ ਵਾਲੇ ਲੱਗੇ ਪਏ? ਮੈਂ ਹੈਰਾਨ ਇਸ ਕਰਕੇ ਆ। ਸੋ ਮੈਨੂੰ ਸਮਝ ਨੀ ਆਉਂਦੀ ਵੀ ਅਸੀਂ ਆਪਸੇ ਗਾਲਾਂ ਖਾ ਕੇ ਤਰੱਕੀ ਕਰਾਂਗੇ। ਕਿਸੇ ਨੇ ਦੂਜਾ ਆਪਦੇ ਘਰੇ ਕੋਈ ਨੀ ਪੜਦਾ, ਚਾਚਾ ਭਤੀਜੇ ਨੂੰ ਚੱਕ ਕੇ ਪਿਓ ਨਾਲ ਲੜਾ ਤਾਂ ਦਿੰਦਾ ਹੈ, ਪਰ ਚਾਚੇ ਨੇ ਕਿਤੇ ਜ਼ਮੀਨ ਵੰਡ ਕੇ ਨੀ ਦਿੱਤੀ। ਕਿਸੇ ਨੇ ਆਪਦੀ ਪਾਰਟੀ ਚ ਜਿਹਨੇ ਗਏ ਨੇ ਉਹ ਹਾਲ ਦੇਖ ਲਓ ਸਾਰਿਆਂ ਦਾ ਕੀ ਹੈ। ਸੋ ਇਸ ਕਰਕੇ ਘਰੇ ਬਹਿ ਕੇ ਚੰਗਾ ਹੁੰਦਾ, ਆਪਦੇ ਘਰੇ ਛੋਟਾ ਹੋ ਜਾਏ, ਵੱਡਾ ਹੋ ਜਾਏ, ਕਿਸੇ ਨੂੰ ਕਹਿ ਕੇ ਤੇ ਟਿਕਾ ਕਰ ਲਈਦਾ ਹੁੰਦਾ, ਅੰਦਰ ਅੰਦਰ ਰੱਖੀਏ ਗੱਲ ਮੇਰੀ। ਚਲੋ ਮੈਂ ਬਰਾੜ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ, ਆਪਾਂ ਵਾਈਂਡ ਅਪ ਕਰਾਂਗੇ ਇਸ ਗੱਲਬਾਤ ਨੂੰ। ਚਰਨਜੀਤ ਬਰਾੜ ਜੀ ਕਹਿੰਦੇ ਤੁਸੀਂ ਬਾਕੀ ਚੀਜ਼ਾਂ ਤੇ ਬੋਲਦੇ ਨਹੀਂ, ਅਕਾਲੀ ਦਲ ਨੂੰ ਗਾਲਾਂ ਕੱਢੀ ਜਾਂਦੇ ਹੋ ਸਵੇਰੇ ਸ਼ਾਮ, ਉਹ ਵੀ ਤੁਸੀਂ ਆਪਣੇ। ਮੇਰੀ ਇਹ ਬੇਨਤੀ ਹੈ ਕਿ ਅਕਾਲੀ ਦਲ ਨੂੰ ਕੋਈ ਵੀ ਗਾਲਾਂ ਨਹੀਂ ਕੱਢਦਾ। ਪੰਜਾਬ ਦਾ ਹਰੇਕ ਵਸਿੰਦਾ ਭਾਵੇਂ ਕਿਸੇ ਹੋਰ ਪਾਰਟੀ ਚ ਵੀ ਬੈਠਾ, ਉਹ ਚਾਹੁੰਦਾ ਹੈ ਅਕਾਲੀ ਦਲ ਤਕੜਾ ਹੋਵੇ। ਸਵਾਲ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਵਰਕਿੰਗ ਤੇ ਹੈ, ਸਵਾਲ ਸਿਰਫ ਜਿਹੜਾ ਹੈਗਾ ਜਾਂ ਤਿੰਨ ਚਾਰ ਬੰਦਿਆਂ ਦਾ ਜਿਹੜਾ ਘੇਰਾ ਹੈ ਉਹਨਾਂ ਤੇ ਹੈ। ਸਵਾਲ ਸਿਰਫ ਹੈਗਾ ਕਿ ਜਿਹੜੀ ਅਕਾਲੀ ਦਲ ਦੀ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਬਣਿਆ ਸੀ ਅਕਾਲੀ ਦਲ, ਉਹਦੀ ਆਈਡੀਓਲੋਜੀ ਨੂੰ ਛੱਡ ਕੇ ਵੋਟਾਂ ਦੇ ਸੌਦੇਬਾਜ਼ੀ ਤੇ ਤਿਕੜਮਬਾਜ਼ੀਆਂ ਲਾਉਣ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ ਹੈ। ਇਹ ਗੱਲ ਸਮਝਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨੀ ਗਾਲਾਂ ਕੱਢਦਾ, ਜੇ ਇੰਡੀਵਿਜੁਅਲ ਤੌਰ ਤੇ ਭਾਵੇਂ ਅੰਕਲ ਭੁੰਦੜ ਸਾਹਿਬ ਨੂੰ, ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਜਾਂ ਕਿਸੇ ਹੋਰ ਲੀਡਰ ਦੇ ਖਿਲਾਫ ਅਸੀਂ ਬੋਲੇ ਵੀ ਆ, ਅਸੀਂ ਓਪਨਲੀ ਮਾਫੀ ਮੰਗਣ ਲਈ ਵੀ ਤਿਆਰ ਹੈ, ਪਰ ਬਸ਼ਰਤੇ ਕਿ ਕੋਈ ਪਾਰਟੀ ਦੀ ਕੋਈ ਸਾਂਝੀ ਕਮੇਟੀ ਬਣਾ ਕੇ ਪਾਰਟੀ ਨੂੰ ਮਜ਼ਬੂਤੀ ਵੱਲ ਨੂੰ ਤਾਂ ਤੋਰੀਏ ਨਾ। ਅੱਜ ਵਜਿਦ ਕਿਉਂ ਆਪਾਂ? ਮੈਨੂੰ ਇੱਕ ਗੱਲ ਸਮਝੋ ਕਿ ਜੇ ਪੰਥ ਚਾਹੁੰਦਾ ਹੈ, ਲੋਕ ਚਾਹੁੰਦੇ ਆ, ਵੋਟਰ ਚਾਹੁੰਦੇ ਆ, ਅੱਜ ਕਿਸੇ 10 ਪਿੰਡਾਂ ਦਾ ਨਾਮ ਭੁੰਦੜ ਸਾਹਿਬ ਲੈ ਦੇਣ, ਸਾਰਾ ਪੰਜਾਬ ਇਹਨਾਂ ਨੇ ਬਾਦਲ ਸਾਹਿਬ ਦੇ ਨਾਲ ਗਾਇਆ ਹੋਇਆ, ਉਹਨਾਂ 10 ਪਿੰਡਾਂ 'ਚ ਜਾ ਕੇ ਆਪਾਂ ਮਰਦਮਸ਼ੁਮਾਰੀ ਕਰਾ ਲੈਂਦੇ ਹਾਂ ਚੈਨਲਾਂ ਦੇ ਮੂਹਰੇ। ਜੇ ਲੋਕ ਚਾਹੁੰਦੇ ਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕੁਛ ਦੇਰ ਲਈ ਆਰਾਮ ਕਰ ਲੈਣਾ ਚਾਹੀਦਾ, ਤੇ 4-6-8 ਮਹੀਨਿਆਂ ਬਾਅਦ ਆ ਭਰਤੀ ਤੋਂ ਬਾਅਦ ਫਿਰ ਪ੍ਰਧਾਨ ਬਣ ਜਾਣਾ, ਹੋ ਸਕਦਾ ਉਹੀ ਬਣ ਜਾਣ, ਪਰ ਅਸੀਂ ਜਿੱਦੀ ਕਿਉਂ ਹੈ? ਲੋਕਾਂ ਨੇ ਜਿੱਦ ਫੜ ਲਈ ਹੈ ਕਿ ਅਸੀਂ ਇਹਨਾਂ ਦੀ ਅਗਵਾਈ ਦੇ ਵਿੱਚ ਚੱਲਣਾ ਨਹੀਂ ਹੈ, ਤੇ ਅਸੀਂ ਇਹ ਜਿੱਦ ਫੜ ਲਈ ਹੈ ਕਿ ਭਾਵੇਂ ਕੋਈ ਸਾਡੇ ਨਾਲ ਰਹੇ ਤੇ ਭਾਵੇਂ ਨਾ ਰਹੇ ਅਸੀਂ ਖੁਦ ਹੀ ਰਹਿਣਾ ਹੈ। ਇਹ ਬੜੀ ਮਾੜੀ ਪਿਰਤ ਹੈ। ਠੀਕ ਹੈ।